हाँ जी, सत श्री अकाल दोस्तों, तुहाडा स्वागत है जी साडे यूट्यूब चैनल हरीका जॉब अलर्ट ते। दोस्तों जेकर तुसी चैनल पहली बार विजिट कर रहे हो, चैनल नूं सबसक्राइब कर लो, बैल आइकन दबा लो हर नवी अपडेट दे लई। ते दोस्तों बाबा फरीद यूनिवर्सिटी वालों अज एक होर एग्जाम लिया गया सी 30/5/21 यानी कि अज की डेट दे विच, ते 139 पोस्टां जिहड़ियां रैगूलर भर्ती आउट हुई सी, टैक्नीशियन रखने सी वक्खरे वक्खरे, उन्हां दी इह भर्ती है दोस्तों। ते उन्हां दा एग्जाम अज होया सी ते उहदा रिजल्ट आउट हो चुक्या है। ਜਿਹੜੇ ਜਿਹੜੇ ਕੈਂਡੀਡੇਟਸ ਨੇ ਐਗਜ਼ਾਮ ਦਿੱਤਾ ਸੀ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਆ। ਇਸ ਰਿਜ਼ਲਟ ਦੀ ਜਿਹੜੀ PDF ਆ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਏਗੀ ਇਸ ਵੀਡੀਓ ਦੇ, ਜਿਹਦੇ ਵਿੱਚ ਤੁਹਾਡਾ ਨੇਮ, ਫਾਦਰ ਨੇਮ, ਪੋਸਟ, ਰੋਲ ਨੰਬਰ ਅਤੇ ਤੁਹਾਡੇ ਮਾਰਕਸ ਦਿੱਤੇ ਗਏ ਆ ਸਾਈਟ 'ਤੇ, ਅਤੇ ਆਪਣਾ ਚੈੱਕ ਕਰ ਸਕਦੇ ਹੋ। ਅਤੇ ਇਸ ਤੋਂ ਬਾਅਦ ਦੋਸਤੋ ਸਟਾਫ ਨਰਸ ਦਾ ਜਿਹੜਾ ਡਾਕੂਮੈਂਟ ਵੈਰੀਫਿਕੇਸ਼ਨ ਦਾ ਸ਼ੈਡਿਊਲ ਆ ਉਹ ਵੀ 1-2 ਦਿਨਾਂ ਦੇ ਵਿੱਚ ਜਾਰੀ ਹੋ ਸਕਦਾ। ਅਤੇ ਸਮੇਂ ਸਮੇਂ 'ਤੇ ਵੈਬਸਾਈਟ ਵਗੈਰਾ ਚੈੱਕ ਕਰਦੇ ਰਹੋ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ। ਅਤੇ ਬਾਕੀ ਦੋਸਤੋ ਹੁਣ ਸਿਰਫ ਵਾਰਡ ਅਟੈਂਡੈਂਟ ਦੀ ਭਰਤੀ ਰਹਿ ਗਈ ਆ, ਕਿਉਂਕਿ ਇਹਨਾਂ ਨੇ ਬਾਕੀ ਸਾਰੀਆਂ ਭਰਤੀਆਂ ਜਿਹੜੀਆਂ ਲਗਭਗ ਐਗਜ਼ਾਮ ਵਗੈਰਾ ਲੈ ਲੈਣੇ, ਸਿਰਫ ਵਾਰਡ ਅਟੈਂਡੈਂਟ ਦੀ ਭਰਤੀ ਬਾਕੀ ਆ। ਅਤੇ ਉਹ ਵੀ ਇਹਨਾਂ ਨੂੰ ਲੈ ਲੈਣਾ ਚਾਹੀਦਾ ਕਿਉਂਕਿ ਬਹੁਤ ਲੰਮਾ ਸਮਾਂ ਇੰਤਜ਼ਾਰ ਕਰਦੇ ਨੂੰ ਹੋ ਗਿਆ ਕੈਂਡੀਡੇਟਸ ਨੂੰ। ਅਤੇ ਹੁਣ ਤਾਂ ਹੋਰ ਐਗਜ਼ਾਮ ਵੀ ਆ ਗਏ ਨੇ, ਉਹਨਾਂ ਦੀ ਵੀ ਤਿਆਰੀ ਦੇ ਵਿੱਚ ਜੁੱਟ ਗਏ ਨੇ ਕੈਂਡੀਡੇਟ, ਅਤੇ ਵਾਰਡ ਅਟੈਂਡੈਂਟ ਦਾ ਤਾਂ ਇੱਕ ਪਾਸੇ ਹੀ ਰਹਿ ਗਿਆ ਸਿਸਟਮ। ਬਟ ਸਰਕਾਰ ਨੂੰ ਚਾਹੀਦਾ ਕਿ ਜਲਦੀ ਤੋਂ ਜਲਦੀ ਇਹ ਜਿਹੜਾ ਸਿਸਟਮ ਆ ਹੋਣਾ ਚਾਹੀਦਾ ਐਗਜ਼ਾਮ ਵਗੈਰਾ ਦਾ, ਵਾਰਡ ਅਟੈਂਡੈਂਟ ਦਾ ਪ੍ਰਾਇਓਰਿਟੀ ਬੇਸ ਤੇ ਐਗਜ਼ਾਮ ਜਿਹੜਾ ਲੈਣਾ ਚਾਹੀਦਾ, ਠੀਕ ਹੈ ਜੀ। ਅਤੇ ਹੋਰ ਬਾਕੀ ਦੇ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ, ਜੁੜੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।